ਇਹਨਾਂ ਡੇਰਿਆਂ ਤੇ ਕਈ ਲੋਕ ਕਹਿ ਕੇ ਵੀ ਹਟਦੇ ਨਹੀਂ। ਹੁਣ ਆ ਸਮੱਸਿਆ ਕਿਸ ਤਰ੍ਹਾਂ ਹੋਣ ਲੱਗਿਆ, ਇੱਕ ਬੀਬੀ ਦਾ ਪਰਿਵਾਰ ਇਹਨਾਂ ਡੇਰਿਆਂ ਤੇ ਜਾਂਦਾ ਹੈ, ਤਵੀਤ ਧਾਗੇ ਵਾਲਿਆਂ ਤੇ ਅਸਰ ਕਰਦਾ, ਅਮਲ ਕਰਦਾ, ਉਹਨਾਂ ਦੀ ਗੱਲ ਕਰਦਾ। ਜ਼ਰਾ ਗੌਰ ਕਰਿਆ ਜੇ, ਘਰ ਵਾਲਾ ਤਾਂ ਸਮਝਾਉਂਦਾ ਵੀ ਭਗਵਾਨ ਨੇ ਆਪਾਂ ਨੂੰ ਨਹੀਂ ਇਹ ਜੇ ਕੰਮ ਕਰਨਾ ਚਾਹੀਦਾ, ਤੁਸੀਂ ਆਪਾਂ ਜੇ ਕੋਈ ਦਲੀਲ ਹੈ ਤਾਂ ਡਾਕਟਰ ਤੋਂ ਰਾਏ ਲੈਂਦੇ ਹਾਂ, ਪਰ ਉਹ ਯਕੀਨ ਕਰਦੇ ਨੇ ਇਹਨਾਂ ਗੱਲਾਂ ਤੇ। ਆਓ, ਸਾਡੀ ਧੀ ਭੈਣ ਉਦੋਂ ਜਾਂਦੀ ਹੈ ਡੇਰੇ ਤੇ ਜਦੋਂ ਅਸੀਂ ਖੁਦ ਮਜਬੂਰ ਕਰਦੇ ਹਾਂ, ਭੈੜੇ ਭੈੜੇ ਬੋਲ ਕੱਢ ਕੇ, ਤੇ ਇਹ ਭੁੱਖ ਹਰੀ ਨਹੀਂ ਹੁੰਦੀ, ਇਹ ਬਾਂਝ ਹੈ, ਫਲਾਨੀ ਹੈ, ਢਿੰਗੜੀ ਹੈ, ਆਲਾ ਦੁਆਲਾ ਜਦ ਘਰ ਦੇ ਸ਼ਰੀਕ ਜਾਂ ਭਰਾਵਾਂ ਦੀਆਂ ਕੁੱਟ ਕੇ ਕਹਿਣ ਲੱਗ ਜਾਣ ਤੇ ਵਿਚਾਰੀ ਮਜਬੂਰ ਹੋ ਕੇ ਡੇਰੇ ਤੇ ਜਾਂਦੀ, ਉਹਦਾ ਦਿਲ ਨਹੀਂ ਕਰਦਾ ਹੁੰਦਾ। ਪਰ ਜੇ ਜਾਂਦੀ ਹੈ ਤਾਂ ਆਹ ਜਰਾ ਗੌਰ ਨਾਲ ਸੁਣਨਾ, ਹੁਣ ਉਹ ਸਾਧ ਨੂੰ ਉਲਾਂਭਾ ਦਿੰਦੀ ਹੈ ਤੇ ਸਾਧ ਅੱਗੋਂ ਆਪਦਾ ਸਪਸ਼ਟੀਕਰਨ ਦਿੰਦਾ ਵੀ ਇਹਦੇ 'ਚ ਮੇਰਾ ਕੀ ਕਸੂਰ ਹੈ। ਜਰਾ ਗੌਰ ਨਾਲ ਸੁਣਿਆ, ਸਾਡਾ ਰਿਕਾਰਡ ਹੋਇਆ ਇਹ 80 'ਚ, ਪਹਿਲਾਂ ਗੀਤ ਰਿਕਾਰਡ ਹੋਇਆ 79 'ਚ, ਸੁਣਿਆ ਜਰਾ ਗੌਰ ਨਾਲ। ਮਾੜੀ ਮੋਟੀ ਹਿੰਮਤ ਕਰੀ, ਉਹ ਕੱਲਾ ਬਾਬੇ ਦੇ ਤਵੀਤ ਤੇ ਨਾ ਰਹੀ, ਮਾੜੀ ਮੋਟੀ ਹਿੰਮਤ ਕਰੀ, ਮੈਨੂੰ ਪਤਾ ਰੂਹ ਕਰਦੀ ਤਾੜੀ ਲਾਉਣ ਦੀ, ਲਾਈ ਦਿਓ ਕੋਈ ਡਰ ਨਹੀਂ, ਪਰ ਤਾੜੀ ਲਾ ਕੇ ਕੱਲਾ ਮੇਰਾ ਮਾਨ ਨਾ ਸੋਚਿਆ ਜੇ ਵੀ ਇਹਦਾ ਮਾਨ ਵਧਾਉਣਾ। ਮੈਂ ਸੰਗਤ ਤੋਂ ਪੁੱਛਦਾ ਵੀ ਗੱਲ ਝੂਠ ਹੈ ਕਿ ਸੱਚ ਹੈ, ਨਿਰੋਲ ਸੱਚ ਹੈ, ਇਹ ਏਦਾਂ ਹੀ ਕਰਦੇ ਆ। ਸੁਣੋ ਨਾਲੇ ਦੱਸਦਾ ਵੀ ਦੇਖੋ ਅੱਜ ਕੱਲ੍ਹ ਦੇ ਇਹ ਸੰਤਾਂ ਦਾ ਕੰਮ ਹੀ ਇਹ, ਕਿਵੇਂ ਸਾਡੀ ਕੋ ਦੀਪਣ ਸਤਾਈ ਹੋਈ ਊਚਾਂ ਦੀ ਉਂਗਲਾਂ ਦੀ, ਜਿਹੜੇ ਲੋਕ ਮਿਹਣੇ ਮਾਰਦੇ ਨੇ ਉਹ ਜੇ ਕਿਤੇ ਭੁੱਲ ਕੇ ਡੇਰੇ ਦੇ ਜਾ ਵੜੇ ਤੇ ਕਿਤੇ ਬਾਬੇ ਨੂੰ ਕਹਿ ਦੇਣਾ, ਬਾਬਾ ਜੀ ਸਾਡੇ ਘਰੇ ਬੂਟਾ ਨਹੀਂ ਲੱਗਦਾ, ਉਹਨੂੰ ਕਹਿਣ ਦੀ ਲੋੜ ਹੀ ਨਹੀਂ ਪੈਂਦੀ, ਉਹ ਘਰੇ ਜਾ ਕੇ ਬੂਟਾ ਲਾ ਆਉਂਦਾ। ਤੇਰੀ ਹੀ ਤਸੱਲੀ ਤੇ
ਦੀ ਜ਼ਰੂਰਤ ਨੂੰ ਤਰਦੀ ਉਹ ਚੁਟਕੀ ਸਵਾਹ ਦੀ ਜ਼ਰੂਰਤ ਨੂੰ ਤਾਰਦੀ ਆਪ ਵੀ ਜਿਹੜੀ ਨਾਲ ਹੱਥ ਪੱਲਾ ਮਾਰਦੀ ਉਹ ਜਿਹਨੂੰ ਜਿਹਨੂੰ ਅੱਜ ਤੱਕ ਦਿੱਤੇ ਨੇ ਤਵੀਤ ਜਿਹਨੂੰ ਜਿਹਨੂੰ ਅੱਜ ਤੱਕ ਦਿੱਤੇ ਨੇ ਤਵੀਤ ਮੈਨੂੰ ਕਿਤੋਂ ਵੀ ਅਲੰਬਾਇਆ ਨਹੀਂ ਮੈਨੂੰ ਕਿਤੋਂ ਵੀ ਅਲੰਬਾਇਆ ਨਹੀਂ ਨੀ ਮਾੜੀ ਮੋਟੀ ਹਿੰਮਤ ਕਰ ਕੱਲਾ ਸਾਧ ਦੇ ਤਵੀਤ ਤੇ ਨਾ ਰਹੀ ਮਾੜੀ ਮੋਟੀ ਹਿੰਮਤ ਕਰੇ ਝੂਠਾ ਪਵੇ ਸਿੱਧੂ ਦਾ ਤਵੀਤ ਫਿਰ ਝੂਠਾ ਪਵੇ ਕਿਤੇ ਸਿੱਧੂ ਦਾ ਤਵੀਤ ਜੋ ਤੂੰ ਮਰਜ਼ੀ ਬਾਬੇ ਨੂੰ ਕਹੀਂ ਜੋ ਤੂੰ ਮਰਜ਼ੀ ਬਾਬੇ ਨੂੰ ਕਹੀਂ ਮਾੜੀ ਮੋਟੀ ਹਿੰਮਤ ਕਰੀਂ ਕੱਲਾ ਜ਼ਾਤ ਦੇ ਤਵੀਤ ਤੇ ਨਾ ਰਹੀਂ